ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਨੈਚੁਰਲ ਫਾਰਮਿੰਗ KVM ਉੱਤੇ। ਮੈਂ ਤੁਹਾਡਾ ਗੁਰਪ੍ਰੀਤ ਦਬੜੀ ਕਾਨਾ। ਅੱਜ ਆਪਾਂ ਕੁਦਰਤੀ ਖੇਤੀ ਤਹਿਤ ਕਣਕ ਦੀ ਬਿਜਾਈ ਬਾਰੇ ਜਿਹੜੀ ਹੈਗੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਜਾਣਕਾਰੀ ਦਾ ਲਾਭ ਉਠਾਇਓ ਅਤੇ ਪ੍ਰਤੀ ਕਿਸਾਨ ਚਾਰ ਕਨਾਲਾਂ ਤੋਂ ਲੈ ਕੇ ਇੱਕ ਏਕੜ ਦੇ ਵਿੱਚ ਲਾਜ਼ਮੀ ਜਿਹੜੀ ਹੈਗੀ ਆਪਣੇ ਪਰਿਵਾਰ ਦੀ ਸਿਹਤ ਅਤੇ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਦਰਤੀ ਖੇਤੀ ਤਹਿਤ ਕਣਕ ਦੀ ਬਿਜਾਈ ਕਰਿਓ। ਤਾਂ ਮੁੱਢਲੇ ਸਿਧਾਂਤ, ਕੁਦਰਤੀ ਖੇਤੀ ਸ਼ੁਰੂ ਕਰਨੀ ਹੈ ਤਾਂ ਮੁੱਢਲੇ ਸਿਧਾਂਤ ਨੰਬਰ ਇੱਕ, ਨਾੜ ਸਾੜ ਦਾ ਬੰਦ, ਨੰਬਰ ਦੋ, ਪ੍ਰਤੀ ਏਕੜ 6 ਟਰਾਲੀਆਂ ਰੂੜੀ ਦੀ ਖਾਦ ਲਾਜ਼ਮੀ ਪਾਉਣੀ ਹੈ ਪਹਿਲੇ ਸਾਲ। ਅਵੇਲੇਬਲ ਕਰੋ ਪਹਿਲੇ ਸਾਲ, ਜ਼ਰੂਰੀ ਹੈ। ਜਿਹੜੀ ਜ਼ਮੀਨ ਨੂੰ ਤੁਸੀਂ 45-50 ਸਾਲਾਂ ਤੋਂ ਚੂਸਣ ਲੱਗੇ ਹੋਏ ਹੋ ਉਹਨੂੰ ਇੱਕੇਦਮ ਕੁਦਰਤੀ ਖੇਤੀ 'ਚ ਲਾਉਂਗੇ ਤਾਂ ਫਿਰ ਅਮਲੀ ਵਾਲੀ ਹੋਊਗੀ ਨਾ, ਠੀਕ ਹੈ? ਇੱਕੇਦਮ ਨਸ਼ਾ ਛਡਾਓਗੇ ਤਾਂ ਅਮਲੀ ਨਸ਼ਾ ਛੱਡ ਦੂ? ਨਹੀਂ, ਉਹਨੂੰ ਘਿਓ ਘਿਊ ਦਿਓਗੇ ਫਿਰ ਛੱਡੂ। ਤਾਂ ਇਹ ਰੂੜੀ ਖੇਤ ਦਾ ਘਿਓ ਹੈ ਤੁਹਾਡੇ ਲਈ, ਭਾਵੇਂ ਇਹ ਸੂਖ ਦਾ ਮਸਲਾ ਹੋਵੇ ਪਰ ਖੇਤ ਲਈ ਕੀ ਹੈ, ਘਿਓ। ਤਾਂ ਇਹ ਦੋ ਚੀਜ਼ਾਂ 'ਤੇ ਪਹਿਲਾਂ ਫੋਕਸ ਕਰ ਲੈਣਾ ਵੀ ਨਾੜ ਨਹੀਂ ਸਾੜਨਾ ਅਤੇ ਪ੍ਰਤੀ ਏਕੜ 6 ਟਰਾਲੀਆਂ ਰੂੜੀ ਪਾ ਕੇ ਜਿਹੜਾ ਹੈਗਾ ਵਾਹਣ ਤਿਆਰ ਕਰਨਾ। ਹੁਣ ਖੇਤ ਦੀ ਤਿਆਰੀ, ਜਦੋਂ ਆਪਾਂ ਨਾੜ ਨਹੀਂ ਸਾੜਨਾ ਤਾਂ ਕਰਨਾ ਕੀ ਹੈ, ਜਿਹੜਾ ਕੰਬਾਈਨ ਝੋਨਾ ਵੱਢਦੇ ਸਮੇਂ ਫੂਸ ਪਿੱਛੇ ਸੁੱਟਦੀ ਹੈ ਪਰਾਲ, ਉਹਨੂੰ ਟਰੈਕਟਰ ਮਗਰ ਕਲਟੀਵੇਟਰ ਪਾ ਕੇ ਉਹਨੂੰ ਬਾਹਰ ਕੱਢ ਦਿਓ, ਬੈਕ ਲੱਗ ਜਾਂਦਾ, ਠੀਕ ਹੈ ਜੀ, ਉਹਨੂੰ ਬਾਹਰ ਕੱਢ ਦਿਓ ਤਾਂ ਪਿੱਛੇ ਜਿਹੜੇ ਹੈਗੇ ਇਕੱਲੇ ਮੁੱਢ ਰਹਿ ਜਾਣਗੇ ਝੋਨੇ ਦੇ। ਇਹ ਜਿਹੜੇ ਮੁੱਢ ਬਚੇ ਆ ਇਹਨਾਂ ਨੂੰ ਆਪਾਂ ਵੱਢ ਕੇ ਜ਼ਮੀਨ ਦੇ ਵਿੱਚ ਰਲਾਉਣਾ। ਕੁਦਰਤੀ ਖੇਤੀ ਥੋੜ੍ਹੀ ਜਿਹੀ ਮਿਹਨਤ ਅਤੇ ਥੋੜ੍ਹਾ ਜਿਹਾ ਸਬਰ ਮੰਗਦੀ ਆ, ਉਹ ਜੇ ਤੁਹਾਡੇ ਅੰਦਰ ਹੋਇਆ ਤਾਂ ਸ਼ੁਰੂ ਕਰਨੀ ਹੈ, ਜਜ਼ਬਾ ਚਾਹੀਦਾ। ਤਾਂ ਮੁੱਢਾਂ ਨੂੰ ਚੰਗੀ ਤਰ੍ਹਾਂ ਵੱਢਿਆ ਜਾਵੇ। ਉਹਦੇ ਲਈ ਜ਼ਰੂਰੀ ਹੈ ਕਿ ਸੁਹਾਗੇ ਦੇ ਉੱਤੇ ਵਜ਼ਨ ਰੱਖ ਕੇ 3 ਬੋਰੀਆਂ ਮਿੱਟੀ ਰੱਖ ਕੇ ਸੁਹਾਗੇ ਦੇ ਉੱਤੇ ਇਹ ਮੁੱਢ ਭੰਨ ਦਿਓ। ਤਾਂ ਜਦੋਂ ਮੁੱਢ ਭੰਨੇ ਤਾਂ ਮੁੱਢ ਜਿਹੜੇ ਖੜ੍ਹੇ ਸੀਗੇ ਹੁਣ ਜ਼ਮੀਨ ਦੇ ਉੱਤੇ ਲੇਟ ਗਏ। ਉਸ ਤੋਂ ਬਾਅਦ ਇਹ ਜਿਹੜੇ ਮੁੱਢ ਭੰਨੇ ਹਨ, ਭੰਨਣ ਤੋਂ ਬਾਅਦ ਰੂੜੀ ਐਡ ਕਰਨੀ ਹੈ। ਮੁੱਢ ਭੰਨਣ ਤੋਂ ਬਾਅਦ ਨਾਲ ਦੀ ਨਾਲ 6 ਟਰਾਲੀਆਂ ਰੂੜੀ ਪਾ ਦਿਓ ਅਤੇ ਬੰਦ ਤਵੀਆਂ ਜਿਹੜੀਆਂ ਆਪਣੀਆਂ ਡਿਸਕ ਹੈਰੋ ਹੈ ਬੰਦ ਰੱਖ ਕੇ ਉਹਨਾਂ ਨੂੰ ਇਹਨਾਂ ਮੁੱਢਾਂ 'ਤੇ ਚਲਾਓ। ਜਦੋਂ ਤੁਸੀਂ ਬੰਦ ਡਿਸਕ ਹੈਰੋ ਜਾਂ ਤਵੀਆਂ ਮੁੱਢਾਂ 'ਤੇ ਚਲਾਓਗੇ ਤਾਂ ਇਹ ਇਸ ਤਰ੍ਹਾਂ ਕੱਟੇ ਜਾਣਗੇ, ਉਂਝ ਕੱਟੇ ਨਹੀਂ ਜਾਂਦੇ। ਜਦੋਂ ਇਹ ਕੱਟੇ ਗਏ ਇੱਕ ਮੁੱਢ ਦੇ 3 ਐਡੇ ਮੁੱਢ ਦੇ ਐਡੇ ਐਡੇ 3 ਟੁਕੜੇ ਹੋ ਗਏ ਤਾਂ ਇਹ ਪਹਿਲਾ ਕੰਮ ਹੋ ਗਿਆ, ਬੰਦ ਤਵੀਆਂ ਕਰਕੇ ਆਪਾਂ ਇਹਨੂੰ ਕੱਟ ਲਿਆ ਵਿਛਾਏ ਹੋਏ ਮੁੱਢਾਂ ਨੂੰ। ਉਸ ਤੋਂ ਬਾਅਦ ਤਵੀਆਂ ਖੋਲ੍ਹੋ ਥੋੜ੍ਹੀਆਂ ਜੀਆਂ, ਇੱਕ ਵਾਰੀ ਹੋਰ ਪੇਰ ਦਿਓ, ਉਹਦੇ ਨਾਲ ਇਹ ਮੁੱਢ ਮਿੱਟੀ 'ਚ ਜਾਣਗੇ। ਫਿਰ ਪੂਰੀਆਂ ਖੋਲ੍ਹ ਕੇ ਚਲਾ ਦਿਓ ਅਤੇ ਸਾਰੇ ਮੁੱਢ ਜਿਹੜੇ ਹੈਗੇ ਆ ਕੱਟੇ ਹੋਏ ਮਿੱਟੀ ਦੇ ਵਿੱਚ ਮਿਕਸ ਹੋ ਜਾਣਗੇ। ਇਹਨਾਂ ਮਿਕਸ ਹੋਏ ਕੀਤੇ ਹੋਏ ਮੁੱਢਾਂ ਦੇ ਵਿੱਚ ਨਾਲ ਕੀ ਲੱਗੀ ਹੋਈ ਹੈ, ਰੂੜੀ, ਅਤੇ ਉਸ ਤੋਂ ਬਾਅਦ ਆਪਾਂ ਲਾ ਦੇਣੀ ਹੈ ਰੌਣੀ। ਚਾਹੇ ਤੁਹਾਡਾ ਅਗੇਤਾ ਝੋਨਾ, ਚਾਹੇ ਪਛੇਤਾ, ਚਾਹੇ ਸ਼ੋਰਟ ਡਿਊਰੇਸ਼ਨ ਆ, ਚਾਹੇ ਲੌਂਗ ਡਿਊਰੇਸ਼ਨ ਆ, ਬੇਫਿਕਰ ਹੋ ਕੇ ਰੌਣੀ ਕਰਨੀ ਹੈ। ਤੁਹਾਡੀ ਕਣਕ ਥੋੜ੍ਹੀ ਬਹੁਤੀ ਲੇਟ ਹੋਏਗੀ ਉਹਦੀ ਪਰਵਾਹ ਨਹੀਂ ਕਰਨੀ, ਝਾੜ ਪੂਰਾ ਕੱਢ ਕੇ ਦੇਵਾਂਗੇ। ਤਾਂ ਇਹਨੂੰ ਤੁਸੀਂ ਰੌਣੀ ਕਰ ਦੇਣੀ ਹੈ। ਰੌਣੀ ਦੇ ਵਿੱਚ ਪ੍ਰਤੀ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਣਾ। ਉਹਦੇ ਨਾਲ ਕੀ ਹੋਊਗਾ, ਇੱਕ ਤਾਂ ਰੂੜੀ ਹੈ ਉੱਤੋਂ ਵੇਸਟ ਡੀਕੰਪੋਜ਼ਰ ਆ, ਉਹਨੇ ਕੀ ਕਰਨਾ 10-15 ਦਿਨਾਂ ਦੇ ਅੰਦਰ ਅੰਦਰ, ਮਤਲਬ ਰੌਣੀ ਵੱਤ ਆਉਂਦੇ ਆਉਂਦੇ
ਤੁਹਾਡੇ ਸਾਰੇ ਮੁੱਢ ਅਤੇ ਸਾਰੀ ਰੂੜੀ ਨੂੰ ਅਵੇਲੇਬਲ ਕੰਪੋਸਟ ਖਾਦ ਦੇ ਵਿੱਚ ਬਦਲ ਦੇਣਾ। ਹੁਣ ਝੋਨੇ ਦੇ ਮੁੱਢਾਂ ਦੀ ਕਿੰਨੀ ਖਾਦ ਹੋਊਗੀ? ਉੱਤੋਂ ਤੁਸੀਂ 6 ਟਰਾਲੀਆਂ ਰੂੜੀ ਐਡ ਕੀਤੀ ਹੈ ਅਤੇ ਤੁਹਾਨੂੰ ਉਹਦਾ ਅੰਦਾਜ਼ਾ ਹੈਗਾ ਵੀ ਕੀ ਹੋਏਗਾ ਹੁਣ ਤੁਹਾਡੇ ਖੇਤ। ਜਦੋਂ ਇਹ ਕੰਮ ਹੋ ਗਿਆ, ਵਾਹਣ ਵੱਤਰ ਆ ਗਿਆ, ਵੱਤਰ ਆਏ ਵਾਹਣ ਨੂੰ ਤੁਸੀਂ ਵਾਹੁਣਾ ਬਿਜਾਈ ਲਈ ਤਿਆਰ ਕਰਨ ਵਾਸਤੇ। ਵਾਹੁੰਦੇ ਹੋਏ ਆਖਰੀ ਸੁਹਾਗੇ ਦੇ ਮੂਹਰੇ, ਲਾਸਟ 'ਤੇ ਸੁਹਾਗਾ ਮਾਰਦੇ ਨਾ ਬਿਜਾਈ ਤੋਂ ਪਹਿਲਾਂ, ਉਹਦੇ ਮੂਹਰੇ ਪ੍ਰਤੀ ਏਕੜ 30 ਕਿਲੋ ਸਰੋਂ ਦੀ ਖਲ ਪੀਠੀ ਹੋਈ ਉਹਦਾ ਛੱਟਾ ਦੇਣਾ। ਛੱਟਾ ਦੇਣ ਤੋਂ ਪਹਿਲਾਂ ਖਲ ਦੇ ਵਿੱਚ 4 ਲੀਟਰ ਪਾਣੀ ਮਿਕਸ ਕਰਨਾ, ਅੱਧਾ ਕਿਲੋ ਗੁੜ ਘੋਲ ਕੇ ਪਾਣੀ 'ਚ। ਸਰੋਂ ਦੀ ਖਲ ਦੇ ਵਿੱਚ ਅੱਧਾ ਕਿਲੋ ਗੁੜ ਘੋਲੇ ਹੋਇਆ 4 ਲੀਟਰ ਪਾਣੀ ਮਿਕਸ ਕਰਨਾ ਅਤੇ ਫਿਰ ਇਹਦੇ ਵਿੱਚ 30 ਕਿਲੋ ਮਿੱਟੀ ਹੋਰ ਮਿਕਸ ਕਰਕੇ, 20 ਕਿਲੋ ਮਿੱਟੀ ਹੋਰ ਮਿਕਸ ਕਰਕੇ ਇਹਨੂੰ ਖੇਤ ਦੇ ਵਿੱਚ ਛੱਟੇ ਨਾਲ ਖਿਲਾਰ ਦੇਣਾ ਆਖਰੀ ਸੁਹਾਗੇ ਦੇ ਮੂਹਰੇ। ਉਹ ਬਰਫੀ ਗੁੜ ਮਿਲ ਜੂਗਾ ਜੇ ਤੁਹਾਡੇ ਕੋਲ ਔਰਗੈਨਿਕ ਨਹੀਂ ਹੈਗਾ, ਠੀਕ ਹੈ। ਉਹ ਰੰਗ ਬਿਰੰਗਾ ਗੁੜ ਨਹੀਂ ਲੈਣਾ, ਤਾਂ ਬਰਫੀ ਗੁੜ ਦੋਸਤੋ ਨੋਟ ਕਰ ਲਓ, 4 ਲੀਟਰ ਪਾਣੀ 'ਚ ਅੱਧਾ ਕਿਲੋ ਗੁੜ ਘੋਲੋ ਅਤੇ ਗੁੜ ਵਾਲਾ ਪਾਣੀ 30 ਕਿਲੋ ਖਲ 'ਚ ਮਿਕਸ ਕਰੋ, ਫਿਰ ਖਲ ਦੇ ਵਿੱਚ 10-20 ਕਿਲੋ ਮਿੱਟੀ ਮਿਲਾਓ ਅਤੇ 3 ਝੋਲੀਆਂ ਚੜੂੰਗੇ ਭਰ ਕੇ ਖੇਤ ਦੇ ਵਿੱਚ ਛੱਟਾ ਦਿਓ ਅਤੇ ਸੁਹਾਗਾ ਮਾਰ ਦਿਓ। ਹਾਂਜੀ, ਇਹ ਜਿਹੜੀ ਖਲ ਹੈ ਗੁੜ ਵਾਲਾ ਪਾਣੀ ਇਹਦੇ 'ਚ ਮਿਕਸ ਕਰਕੇ ਰੌਣੀ ਵੱਤਰ ਆ ਗਈ ਆਖਰੀ ਸੁਹਾਗੇ ਦੇ ਮੂਹਰੇ। ਡੀਕੰਪੋਜ਼ਰ 200 ਲੀਟਰ ਦੱਸਿਆ ਮੈਂ ਕਿੱਲੇ ਦਾ, ਆ ਯੂਟਿਊਬ 'ਤੇ ਆਊਗੀ ਵੀਡੀਓ, ਤੁਸੀਂ ਦੇਖ ਲਿਓ ਬਾਅਦ 'ਚ। ਤਾਂ ਜਦੋਂ ਰੌਣੀ ਵੱਤਰ ਆ ਗਈ, ਵਾਹ ਕੇ ਆਖਰੀ ਸੁਹਾਗੇ ਮੂਹਰੇ ਇਹ ਖਲ ਪਾਉਣੀ ਹੈ ਗੁੜ ਵਾਲਾ ਪਾਣੀ ਮਿਕਸ ਕਰਕੇ। ਖਲ ਪਾ ਕੇ ਨਹੀਂ ਤੁਰੰਤ ਉਸ ਤੋਂ ਬਾਅਦ ਸੁਹਾਗਾ ਮਾਰਤਾ ਅਤੇ ਸੁਹਾਗਾ ਮਾਰ ਕੇ ਖੇਤ ਨੂੰ 2 ਦਿਨਾਂ ਲਈ ਧੁੱਪ ਲਵਾਓ। ਕਿੰਨੇ ਦਿਨਾਂ ਲਈ? 2 ਦਿਨਾਂ ਦੀ ਧੁੱਪ ਲਵਾ ਕੇ ਫਿਰ ਸੁਹਾਗਾ ਮਾਰ ਦਿਓ, ਫਿਰ 1-2 ਦਿਨ ਦੀ ਧੁੱਪ ਲਵਾਓ ਅਤੇ ਫਿਰ ਤੁਹਾਡਾ ਖੇਤ ਬਿਜਾਈ ਵਾਸਤੇ ਕਣਕ ਦੀ ਤਿਆਰ ਹੈ। ਹੁਣ ਇਹ ਜਿਹੜਾ ਕੰਮ ਕੀਤਾ ਸੁਹਾਗਾ ਮਾਰਿਆ ਬਾਰ ਬਾਰ, ਇਹਦੇ ਨਾਲ ਕੀ ਹੋਣਾ? ਉਤਲਾ ਵੱਤਰ ਖੁਸ਼ਕ ਹੋ ਜਾਏਗਾ ਦੋਸਤੋ। ਕੀ ਹੋ ਜਾਏਗਾ? ਉਤਲਾ ਵੱਤਰ ਖੁਸ਼ਕ ਹੋ ਜਾਏਗਾ। ਕੁਦਰਤੀ ਖੇਤੀ ਵਿੱਚ ਨਦੀਨ ਇੱਕ ਵੱਡਾ ਮਸਲਾ ਬਣ ਕੇ ਉੱਭਰਦੇ ਆ ਅਤੇ ਨਦੀਨ ਦਾ ਬੀਜ ਮੈਂ ਪਹਿਲਾਂ ਹੀ ਦੱਸਿਆ ਵੀ ਉਹ ਉਤਲੀ ਮਿੱਟੀ 'ਚ ਹੁੰਦਾ, ਅੱਧਾ ਪੌਣਾ ਇੰਚ 'ਚ, ਅਤੇ ਜਦੋਂ ਤੁਸੀਂ ਇਹ 2-3 ਵਾਰੀ ਸੁਹਾਗਾ ਮਾਰੋਗੇ ਧੁੱਪ ਲਵਾ ਲਵਾ ਕੇ ਤਾਂ ਉਤਲੀ ਮਿੱਟੀ ਦਾ ਕੀ ਬਣ ਜਾਣਾ? ਉੱਬਲ ਰੇਤ ਬਣ ਜਾਣੀ ਹੈ, ਉਹਦਾ ਮੋਇਸਚਰ ਖਤਮ ਹੋ ਜਾਣਾ। ਜਦੋਂ ਮੋਇਸਚਰ ਖਤਮ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਵਾਹਣ ਦੇ ਵਿੱਚ ਤੁਸੀਂ ਕਣਕ ਦੀ ਬਿਜਾਈ ਕਰਨ ਵਾਸਤੇ ਜਾਣਾ। ਹੁਣ ਜਦੋਂ ਤੁਸੀਂ ਬਿਜਾਈ ਕਰੋਗੇ ਤਾਂ ਕਣਕ ਤਾਂ ਜੰਮੇਗੀ ਪਰ ਨਦੀਨ ਨਹੀਂ ਜੰਮੇਗਾ। ਹੁਣ ਆਪਾਂ ਕਣਕ ਦੀ ਜਿਹੜੀ ਬਿਜਾਈ ਕਰਨੀ ਹੈ ਉਹਦੇ ਲਈ ਆਪਾਂ ਨੂੰ ਜੋ ਚਾਹੀਦਾ, ਆਮ ਬਿਜਾਈ ਦੀ ਗੱਲ ਕਰਾਂਗਾ ਮੈਂ ਬਾਅਦ ਦੇ ਵਿੱਚ, ਇੱਕ ਅੱਧੀ ਵੀਡੀਓ ਬਣਾ ਕੇ ਪਾਵਾਂਗੇ ਖਾਸ ਬਿਜਾਈ ਦੀ। ਇੱਕ ਆਮ ਬਿਜਾਈ ਆ, ਇੱਕ ਖਾਸ ਬਿਜਾਈ ਆ। ਆਮ ਬਿਜਾਈ ਉਹ ਆ ਜਿਹੜੀ ਤੁਸੀਂ ਕਰਦੇ ਹੋ ਆਮ ਮਸ਼ੀਨ ਦੇ ਨਾਲ, ਖਾਸ ਬਿਜਾਈ ਉਹ ਆ ਜਿਹਨੂੰ ਅਸੀਂ SRI ਵਾਲੀ ਬਿਜਾਈ ਕਹਿੰਦੇ ਹਾਂ। ਹਾਂ, ਤਾਂ ਨਵੀਂ ਬਥੇਰੀ ਦਿੱਤੀ ਹੈ ਨਾ ਰੌਣੀ ਵੇਲੇ, ਨਵੀਂ ਬਥੇਰੀ ਆ, ਉਤਲੀ ਨਵੀਂ ਖਤਮ ਕਰਨੀ ਆ ਆਪਾਂ। ਅਤੇ ਵੇਸਟ ਡੀਕੰਪੋਜ਼ਰ ਵਾਲੇ ਜਵਾਣੂ ਥੱਲੜੀ ਮਿੱਟੀ 'ਚ ਕੰਮ ਕਰਦੇ ਆ। ਸੋ ਹੁਣ ਆਪਾਂ ਆਉਣਾ ਵੀ ਉਹਦੀ ਬਿਜਾਈ ਜਿਹੜੀ ਆਮ ਮਸ਼ੀਨ ਨਾਲ ਕਰਨੀ ਆ ਉਹਦੇ ਬਾਰੇ ਗੱਲ ਕਰਾਂਗੇ। ਪ੍ਰਤੀ ਏਕੜ 32 ਕਿਲੋ ਬੀਜ ਲੈਣਾ। ਕਿੰਨਾ ਜੀ?
ਕਣਕ ਦਾ ਬੀਜ ਕਿੰਨਾ ਲੈਣਾ? 32 ਕਿਲੋ ਬੀਜ ਲੈਣਾ। ਵਰਾਇਟੀਆਂ ਦੇਸੀ ਲਾਉਣੀਆਂ ਤਾਂ 1482 RJ 1482 ਸ਼ਰਬਤੀ ਬੰਸੀ ਅਤੇ ਇੱਕ ਵਰਾਇਟੀ ਹੈਗੀ ਆ ਲੋਕ ਵਨ, ਲੋਕ ਵਨ 6306 ਸ਼ਰਬਤੀ ਆ ਉਹ, ਤਾਂ ਇੱਕ ਵਰਾਇਟੀ ਹੈਗੀ ਆ ਲੋਕ ਵਨ। ਇਹ ਹੈਗੀਆਂ ਚਾਰ ਕੁ ਵਰਾਇਟੀਆਂ ਜਿਹੜੀਆਂ ਅਜਮਾਈਆਂ ਹੋਈਆਂ ਦੇਸੀ। ਇਹਨਾਂ ਨਾਲ ਹੈ ਜੀ ਉਹ ਬਾਅਦ 'ਚ ਮੇਰੇ ਨਾਲ ਗੱਲ ਕਰਿਓ, ਹੁਣ ਇਹਨੂੰ ਚੱਲਣ ਦਿਓ, ਇੱਧਰ ਵੀ ਰਿਕਾਰਡ ਹੋ ਰਹੀ ਹੈ। ਤਾਂ ਗਰੇਵਾਲ ਸਾਹਿਬ ਬੈਠੇ ਆ, ਇਹਨਾਂ ਤੋਂ ਤੁਹਾਨੂੰ 6306 ਮਿਲ ਜਾਣੀ ਹੈ ਸ਼ਰਬਤੀ, ਹੈ ਨਾ ਭਾਅ ਜੀ, ਬੰਸੀ ਵੀ ਮਿਲ ਜਾਣੀ ਹੈ। ਤਾਂ ਜੇ ਜਿਹੜੀਆਂ ਸੁਧਰੇ ਬੀਜ ਆ ਉਹਨਾਂ ਤਹਿਤ ਅਜਮਾਈਆਂ ਹੋਈਆਂ ਜਿਹੜੀਆਂ ਵਰਾਇਟੀਆਂ ਕੁਦਰਤੀ ਖੇਤੀ 'ਚ HD 2967 ਅਤੇ 3086, ਇਹਨਾਂ ਦੇ ਵਿੱਚੋਂ ਜਿਹੜੀ 'ਤੇ ਤੁਹਾਡਾ ਮਨ ਆਉਂਦਾ ਉਹ ਵਰਾਇਟੀ ਆਪਾਂ ਲਾਉਣੀ ਹੈ। ਬੀਜ ਕਿੰਨਾ ਲੈਣਾ ਜੀ? 32 ਕਿਲੋ। ਹੁਣ ਇਹ ਜਿਹੜਾ 32 ਕਿਲੋ ਬੀਜ ਆ ਇਹਨੂੰ ਤਰਪਾਲ 'ਤੇ ਢੇਰੀ ਕਰ ਲਓ। ਇਹ ਤਗੜਾ ਬੀਜ ਚਾਹੀਦਾ ਆਪਾਂ ਨੂੰ, ਤਾਂ ਤਗੜਾ ਬੀਜ ਕਰਨ ਵਾਸਤੇ ਪਹਿਲਾਂ ਪਾਣੀ ਗਰਮ ਕਰ ਲਓ, ਓਨਾ ਕੁ ਪਾਣੀ ਗਰਮ ਕਰ ਲਓ ਜਿਹਦੇ ਵਿੱਚ 32 ਕਿਲੋ ਬੀਜ ਤੁਹਾਡਾ ਪਾਓ ਅਤੇ ਡੁੱਬ ਜੇ। ਗਰਮ ਪਾਣੀ ਦੇ ਵਿੱਚ ਇਹ 32 ਕਿਲੋ ਬੀਜ ਪਾਓ ਅਤੇ ਜਿਵੇਂ ਕਣਕ ਧੋਣੇ ਹੁੰਦੇ ਆਪਾਂ ਉਵੇਂ ਕਣਕ ਨੂੰ ਧੋਵੋ, ਉਹਦੇ ਨਾਲ ਜਿਹੜੇ ਮਾੜੇ ਬੀਜ ਆ ਉਹ ਉੱਪਰ ਆਈ ਜਾਣਗੇ ਅਤੇ ਉਹਨਾਂ ਨੂੰ ਬਾਹਰ ਕੱਢੀ ਜਾਓ। ਹੱਥ ਜਿਹਦੇ 'ਚ ਹੱਥ ਆਪਣਾ ਡੁੱਬਦਾ ਰਹੇ, ਐਂ ਨਾ ਕਰਨਾ ਪਵੇ, ਹੱਥ ਪਾ ਕੇ ਕੰਮ ਕਰਦੇ ਰਹੀਏ ਇੰਨਾ ਕੁ। ਤਾਂ ਹੁਣ ਜਿੰਨੀ ਮਾੜੀ ਕਣਕ ਹੈ ਜਦੋਂ ਉਹਨੂੰ ਧੋਵੋਗੇ ਤਾਂ ਉਹ ਬਾਹਰ ਹੋ ਜਾਏਗੀ, ਅਤੇ ਇਹ ਗਿੱਲੀ ਗਿੱਲੀ ਕਣਕ ਆ ਜਿਹੜੀ ਆਪਣੇ ਹੱਥ ਆਈ ਇਹਨੂੰ ਤਰਪਾਲ 'ਤੇ ਢੇਰੀ ਕਰੋ। ਅਤੇ ਇਹਦੇ ਉੱਤੇ ਜਿਹੜਾ ਯੂਨੀਵਰਸਿਟੀ ਵਾਲਾ ਕੰਸ਼ੋਰਸ਼ੀਅਮ ਹੈ 1/2 ਕਿਲੋ 40 ਰੁਪਈਆਂ ਦਾ ਉਹਦਾ, ਉਹ ਧੂੜ ਲਓ। 400 ਗ੍ਰਾਮ 400 ML ਵੇਸਟ ਡੀਕੰਪੋਜਰ, 400 ML ਵੇਸਟ ਡੀਕੰਪੋਜਰ 4 ਲੀਟਰ ਗੁੜ ਵਾਲੇ ਪਾਣੀ 'ਚ ਪਾ ਕੇ ਉਵੇਂ ਹੀ ਇਹਦੇ ਉੱਤੇ ਧੂੜ ਦਿਓ। ਅਤੇ ਫਿਰ 1.5-2 ਕਿਲੋ ਜਿਹੜੀ ਪਾਥੀਆਂ ਦੀ ਸਵਾਹ ਉਹ ਕਣਕ ਦੇ ਉੱਤੇ ਧੂੜਦੇ ਹੋਏ ਕਣਕ ਨੂੰ ਪੋਲਾ ਪੋਲਾ ਮਲੋ। ਹਾਂ, 1.5-2 ਕਿਲੋ ਪਾਥੀਆਂ ਦੀ ਸਵਾਹ ਉਹ ਇਹਦੇ ਉੱਤੇ ਪਾਓ ਕਣਕ ਦੇ ਉੱਤੇ ਧੂੜਦੇ ਹੋਏ, ਉਹਨੂੰ ਪੋਲਾ ਪੋਲਾ ਮਲੋ। ਉਹਦੇ ਨਾਲ ਕੀ ਹੋਏਗਾ, ਜਿਹੜਾ ਗਿੱਲਾਪਣ ਸੀ ਕਣਕ ਦਾ ਉਹ ਘੱਟ ਜਾਏਗਾ, ਅਤੇ ਫਿਰ ਉਸ ਕਣਕ ਨੂੰ ਜਿਹੜਾ ਤੁਸੀਂ ਸੁਕਾ ਕੇ, ਆਹ ਜਿਹੜੀ ਅੱਜ ਕੱਲ੍ਹ ਟੈਂਪਰੇਚਰ ਹੈ ਇਸ ਟੈਂਪਰੇਚਰ 'ਤੇ ਧੁੱਪੇ ਹੀ ਸੁਕਾ ਲਿਓ, ਕੋਈ ਚੱਕਰ ਨਹੀਂ, ਠੀਕ ਹੈ ਜੀ। ਇਸ ਟੈਂਪਰੇਚਰ 'ਤੇ ਸੁਕਾ ਕੇ ਕਣਕ ਨੂੰ ਤੁਸੀਂ ਸੀਡ ਡਰਿੱਲ ਦੇ ਵਿੱਚ ਪਾਓ, ਸੀਡ ਡਰਿੱਲ ਦੇ ਵਿੱਚ ਪਾ ਕੇ ਉਹਦੀ ਜਿਹੜੀ ਹੈਗੀ ਹੈ ਤੁਸੀਂ ਤਿਆਰ ਵਾਹਣ ਦੇ ਵਿੱਚ ਬਿਜਾਈ ਕਰੋ। ਬਿਜਾਈ ਕਰਦੇ ਸਮੇਂ ਇੱਕ ਚੀਜ਼ ਦਾ ਖਾਸ ਕੰਮ ਖਿਆਲ ਕਰਨਾ ਵੀ ਜਿਹੜਾ ਆਪਣਾ ਖੇਤ ਹੈ ਇਹ ਆਪਣਾ ਖੇਤ ਹੈ 1 ਏਕੜ, ਇਹਦਾ 1 ਫੁੱਟ ਚਾਰੇ ਪਾਸੇ ਖਾਲੀ ਛੱਡ ਲੈਣਾ, 1 ਫੁੱਟ ਜਗ੍ਹਾ ਖਾਲੀ ਛੱਡ ਲੈਣੀ ਆ ਚਾਰੇ ਪਾਸੇ ਘੇਰੇ ਲੋਟ। ਕਣਕ ਦੀ ਬਿਜਾਈ ਕਰ ਦਿਓ ਅਤੇ ਤੁਹਾਡੇ ਕੋਲ ਮੌਕੇ 'ਤੇ ਸਰੋਂ ਹੋਣੀ ਚਾਹੀਦੀ, ਉਹ ਵੀ ਉਵੇਂ ਹੀ ਵੇਸਟ ਡੀਕੰਪੋਜ਼ਰ ਨਾਲ ਸੋਧੀ ਹੋਈ। ਬਿਜਾਈ ਮੁਕੰਮਲ ਹੋਣ ਉਪਰੰਤ ਇਸ ਏਰੀਏ ਦੇ ਵਿੱਚ ਸਰੋਂ ਲਾ ਦਿਓ, ਉਹਦੇ ਨਾਲ ਜਿਹੜਾ ਹੱਥ ਵਾਲਾ ਪੋਰ ਹੁੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਬਿਜਾਈ ਕਰਦੇ ਪਏ ਹੋ ਤਾਂ ਬਿਜਾਈ ਕਰਦੇ ਸਮੇਂ ਵੀ ਜਿਹੜਾ ਹੈਗਾ ਕਿਤੇ ਕਿਤੇ ਜਿਵੇਂ ਮਸ਼ੀਨ ਦੇ 2 ਗੇੜੇ ਲਾ ਕੇ 13 ਪੋਰੀ ਹੋਵੇ ਜਾਂ 11 ਪੋਰੀ, ਉਹਦੇ 2 ਚੱਕਰ ਲਾ ਕੇ ਨਾ 1 ਫੁੱਟ ਥਾਂ ਫੇਰ ਖਾਲੀ ਛੱਡ ਦਿਓ। ਆਹ 2 ਗੇੜੇ ਲਾਏ ਮਸ਼ੀਨ ਦੇ ਅਤੇ 1 ਫੁੱਟ ਥਾਂ ਆਪਾਂ ਖਾਲੀ ਛੱਡਤਾ। ਇਹਦੇ ਨਾਲ ਕੀ ਹੋਊਗਾ, ਸਾਡੇ ਕੋਲ ਫਿਰ ਖੇਤ ਦੇ ਵਿੱਚ ਸਰੋਂ ਲਾਉਣ ਵਾਸਤੇ ਜਗ੍ਹਾ ਬਣ ਗਈ, ਠੀਕ। ਕਣਕ ਦੀ ਬਿਜਾਈ ਤੁਹਾਡੀ ਮੁਕੰਮਲ ਹੁੰਦੀ ਆ, ਮੁਕੰਮਲ ਹੋਣ ਉਪਰੰਤ ਤੁਸੀਂ 3rd-4th ਦਿਨ ਖੇਤ ਜਾਓਗੇ ਵੱਟਾਂ ਪਾਉਣ,
ਪ੍ਰਤੀ ਏਕੜ 6 ਕਿਆਰੇ ਪਾਉਣੇ ਲਾਜ਼ਮੀ ਆ ਕੁਦਰਤੀ ਖੇਤੀ ਤਹਿਤ। 8 ਪਾਉਂਗੇ ਸਭ ਤੋਂ ਵਧੀਆ। ਘੱਟੋ ਘੱਟ ਕਿੰਨੇ ਪਾਉਣੇ ਆ? ਪ੍ਰਤੀ ਏਕੜ 6 ਕਿਆਰੇ ਘੱਟੋ ਘੱਟ ਪਾਉਣੇ ਦੋਸਤੋ, ਅਤੇ 8 ਪਾਲੋਂਗੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਆ। ਡਰਿੱਲ ਕਰਨੀ ਹੈ, ਡਰਿੱਲ ਕਰਨੀ ਹੈ। ਇਹ ਕਰਨ ਤੋਂ ਬਾਅਦ ਜਦੋਂ ਤੁਸੀਂ ਵੱਟਾਂ ਪਾਉਣ ਜਾ ਰਹੇ ਹੋ, ਅਤੇ ਵੱਟਾਂ ਪਾਉਣ ਤੋਂ ਪਹਿਲਾਂ ਫਿਰ ਸੁਹਾਗਾ ਮਾਰ ਦੇਣਾ। ਹਾਂ, ਬੀਜੀ ਹੋਈ ਕਣਕ 'ਤੇ ਚੌਥੇ ਦਿਨ ਸੁਹਾਗਾ ਮਾਰੋਗੇ ਤਾਂ ਕਣਕ ਤਾਂ ਉੱਗਰੀ ਨਹੀਂ, ਅਤੇ ਜਿਹੜਾ ਮਾੜਾ ਮੋਟਾ ਕੋਈ ਨਦੀਨ ਉੱਗੇਗਾ ਦੋਸਤੋ, ਉਹ ਉਹਦੇ ਨਾਲ ਪੱਟਿਆ ਜਾਵੇਗਾ। ਨਦੀਨ ਸੁਹਾਗੇ ਨਾਲ ਪੱਟਿਆ ਜਾਵੇਗਾ, ਅਤੇ ਉਹਦੇ ਨਾਲ ਇੱਕ ਦੂਜਾ ਫਾਇਦਾ ਜਿਹੜਾ ਹੋਏਗਾ, ਜਿਹੜੀ ਹੈਗੀ ਆ ਸੋਇਲ ਮਲਚ ਹੋ ਜਾਏਗੀ। ਇਹਨੂੰ ਸੋਇਲ ਮਲਚਿੰਗ ਕਹਿੰਦੇ ਆ ਜਦੋਂ ਸੁਹਾਗਾ ਮਾਰਦੇ ਹਾਂ। ਜਿਹੜੀ ਵਾਟਰ ਲੋਸ ਹੋਣਾ ਹੁੰਦਾ, ਪਾਣੀ ਉੱਡਦਾ ਜ਼ਮੀਨ ਦੇ ਵਿੱਚੋਂ, ਜਦੋਂ ਦਰਾਰਾਂ ਬੰਦ ਹੋ ਗਈਆਂ ਸੁਹਾਗਾ ਮਾਰਨ ਕਰਕੇ, ਤਾਂ ਉਹ ਪਾਣੀ ਉੱਡਣਾ ਘੱਟ ਹੋ ਜਾਏਗਾ। ਅਤੇ ਜਦੋਂ ਪਾਣੀ ਘੱਟ ਉੱਡਣਾ ਘੱਟ ਹੋ ਜਾਏਗਾ, ਤਾਂ ਪਾਣੀ ਲਾਉਣ ਦੀ ਲੋੜ ਛੇਤੀ ਪਊ ਨਹੀਂ। ਹਾਂ ਹਾਂ, ਜੰਮੇਗੀ, ਕੋਈ ਚੱਕਰ ਨਹੀਂ। ਤੀਜਾ ਫਾਇਦਾ ਇਹਦਾ, ਉਹ ਵੀ ਵਧੀਆ ਨਹੀਂ, ਪਰ ਉਹਦਾ ਫਾਇਦਾ ਇਹ ਨਹੀਂ ਨਾ ਹੋਣਾ ਵੀ ਨਦੀਨ ਨਹੀਂ ਪੱਟਿਆ ਜਾਣਾ ਉਹਦੇ ਨਾਲ, ਠੀਕ ਹੈ। ਚੌਥੇ ਦਿਨ ਫਿਰ ਮਾਰ ਦਿਓ। ਉਸ ਤੋਂ ਬਾਅਦ ਹਾਂ, ਤੀਜਾ ਇਹਦਾ ਫਾਇਦਾ ਕੀ ਹੈ, ਤੁਸੀਂ ਸਾਰੇ ਕਿਸਾਨ ਹੋ, ਜਦੋਂ ਕਣਕ ਦੀ ਕੋਰ ਭਿਉਂਦੇ ਆਪਾਂ ਕਿੰਨਾ ਟਾਈਮ ਲੱਗਦਾ ਬਾਈ? ਜਦੋਂ ਕਣਕ ਨੂੰ ਪਹਿਲਾਂ ਪਾਣੀ ਲਾਉਣੇ ਆ ਕਿੰਨਾ ਟਾਈਮ ਲੱਗਦਾ, ਅਤੇ ਸੁਹਾਗੇ ਵਾਲੀ 'ਤੇ ਕਿੰਨਾ ਲੱਗੂ? ਘੱਟ ਪਾਣੀ, ਘੱਟ ਸਮਾਂ, ਅਤੇ ਤੁਹਾਡਾ ਮਸਲਾ ਹੱਲ। 3 ਫਾਇਦੇ ਹੋ ਗਏ। ਇਹ ਕਰਕੇ ਤੁਹਾਡੀ ਬਿਜਾਈ ਮੁਕੰਮਲ ਹੁੰਦੀ ਆ। ਵੱਟਾਂ ਪਾ ਦਿਓ, ਜਿੰਨੀਆਂ ਵੱਟਾਂ ਪਈਆਂ, ਮੰਨ ਲਓ ਤੁਸੀਂ 6 ਕਿਆਰੇ ਪਾਏ, ਤੁਸੀਂ 6 ਕਿਆਰੇ ਪਾਏ, 1, 2, 3, 4, 5, ਤਾਂ 6 ਕਿਆਰਿਆਂ ਦੇ ਵਿੱਚ ਕਿੰਨੀਆਂ ਵੱਟਾਂ ਪੈ ਗਈਆਂ ਜੀ? 5। ਹਰੇਕ ਵੱਟ 'ਤੇ ਸਰ੍ਹੋਂ ਦੀ ਆੜ, ਕਾਹਦੀ ਆੜ? ਸਰ੍ਹੋਂ ਦੀ। ਅਤੇ ਜਿਹੜਾ ਉਹ ਲਾਈਨਾਂ 2 ਗੇੜਿਆਂ ਤੋਂ ਬਾਅਦ 1 ਫੁੱਟ ਥਾਂ ਛੱਡਿਆ, ਉਹਦੇ ਵਿੱਚ ਫਿਰ ਸਰ੍ਹੋਂ ਦੀ ਆੜ ਆ ਗਈ। ਇਸ ਢੰਗ ਨਾਲ ਤੁਹਾਡੇ ਖੇਤ ਦੇ ਵਿੱਚ ਕੋਈ 13 ਲਾਈਨਾਂ ਸਰ੍ਹੋਂ ਉੱਗੇਗੀ। ਸੌਖਾ ਸਮਝਣਾ, ਵੱਟ ਦੇ ਉੱਤੇ ਸਰ੍ਹੋਂ, ਅਤੇ ਹਰ ਕਿਆਰੇ ਦੇ ਸੈਂਟਰ 'ਚ ਵੀ 1 ਲਾਈਨ ਸਰ੍ਹੋਂ। ਤਾਂ ਟੋਟਲ ਕਿੰਨੀਆਂ ਲਾਈਨਾਂ ਹੋ ਗਈਆਂ? 13 ਲਾਈਨਾਂ ਸਰ੍ਹੋਂ ਤੁਹਾਡੇ ਖੇਤ ਦੇ ਵਿੱਚ ਉੱਗੇਗੀ। ਹੁਣ ਇਹ ਸਰ੍ਹੋਂ ਕਿਉਂ, ਇਹ ਜ਼ਿਆਦਾ ਮਹੱਤਵਪੂਰਨ ਆ। ਸਰ੍ਹੋਂ ਨੂੰ ਕੀ ਕਿਹੜੇ ਫੁੱਲ ਆਉਂਦੇ ਆ ਜੀ? ਪੀਲੇ। ਸਰ੍ਹੋਂ ਨੂੰ ਕਿਹੜੇ ਫੁੱਲ ਆਉਂਦੇ ਆ? ਪੀਲੇ। ਅਤੇ ਉਹਨਾਂ 'ਤੇ ਅਟਰੈਕਟ ਹੁੰਦੀ ਹੈ ਲੇਡੀ ਬਰਡ ਬੀਟਲ, ਕੱਛੂ ਭੁੰਡੀ, ਫੇਲ ਪਾਸ, ਜਿਹਦੇ ਇਹਨਾਂ ਨਾਵਾਂ ਨਾਲ ਆਪਾਂ ਉਹਨੂੰ ਜਾਣਦੇ। ਤਾਂ ਉਹ ਸਰ੍ਹੋਂ 'ਤੇ ਵੱਧ ਆਉਂਦੀ ਆ, ਅਤੇ ਕਣਕ ਦੇ ਵਿੱਚ ਵੀ ਚੇਪਾ ਆਉਂਦਾ, ਸਰ੍ਹੋਂ 'ਤੇ ਵੀ ਆਉਂਦਾ। ਦੋਨਾਂ ਫਸਲਾਂ ਦਾ ਚੇਪਾ ਇੱਕ ਹੀ ਆ। ਜੇ ਤੁਹਾਡੇ ਖੇਤ ਦੇ ਵਿੱਚ ਸਰ੍ਹੋਂ ਹੋਏਗੀ, ਤਾਂ ਸਰ੍ਹੋਂ ਵੱਧ ਰਸੀਲੀ ਆ ਕਿ ਕਣਕ? ਸੌਫਟ ਕੌਣ ਆ? ਸਰ੍ਹੋਂ। ਨਰਮ ਵੀ ਸਰ੍ਹੋਂ ਆ, ਰਸੀਲੀ ਵੀ ਜ਼ਿਆਦਾ ਸਰ੍ਹੋਂ ਆ, ਤਾਂ ਚੇਪਾ ਕਾਹਦੇ 'ਤੇ ਟਿਕੇਗਾ? ਸਰ੍ਹੋਂ 'ਤੇ। ਜੇ ਚੇਪਾ ਸਰ੍ਹੋਂ 'ਤੇ ਹੋਏਗਾ, ਤਾਂ ਲੇਡੀ ਬੀਟਲ ਕਾਹਦੇ 'ਤੇ ਹੋਏਗੀ? ਅਤੇ ਉਹਨੇ ਕੀ ਕਰਨਾ? ਉਹਨੇ ਖਾਣਾ ਚੇਪਾ। ਲੇਡੀ ਬੀਟਲ ਅਤੇ ਲੇਡੀ ਬੀਟਲ ਦਾ ਬੱਚਾ ਦੋਨੇ ਮਿਲ ਕੇ ਇਕੱਲਾ ਇਕੱਲਾ ਜਣਾ 30 ਤੋਂ 40 ਚੇਪੇ ਇੱਕ ਦਿਨ 'ਚ ਖਾ ਜਾਂਦੇ ਆ। ਅਤੇ ਜਿੱਥੇ ਸਰ੍ਹੋਂ ਹੋਏਗੀ, ਉੱਥੇ ਅੰਨੇ ਵਾਹ ਲੇਡੀ ਬੀਟਲ ਅਤੇ ਉਹਦੇ ਬੱਚੇ ਹੋਣਗੇ। ਅਤੇ ਉਹ ਤੁਹਾਡੀ ਕਣਕ 'ਤੇ ਵੀ ਜੇ ਚੇਪਾ ਆਏਗਾ, ਤਾਂ ਉਹਦਾ ਜਿਹੜਾ ਹੈਗਾ ਉਹਨੂੰ ਉਹੀ ਸਾਂਭ ਲੈਣਗੇ, ਉਹੀ ਉਹਨੂੰ ਨਿਬੇੜ ਦੇਣਗੇ, ਠੀਕ ਹੈ ਜੀ। ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ, ਤਾਂ ਇਸ ਕਰਕੇ ਸਰ੍ਹੋਂ। ਇਹਦੇ ਇਲਾਵਾ ਜੇ ਸਰ੍ਹੋਂ ਦਾ ਜੰਮ ਚੰਗਾ ਹੋ ਗਿਆ, ਤਾਂ ਤੁਹਾਨੂੰ ਪ੍ਰਤੀ ਏਕੜ 70 ਕਿਲੋ ਤੱਕ ਸਰ੍ਹੋਂ ਵੀ ਮਿਲੇਗੀ। 70 ਕਿਲੋ ਸਰ੍ਹੋਂ ਦਾ ਮਤਲਬ ਆ 23 ਕਿਲੋ ਤੇਲ, ਅਤੇ ਬਾਕੀ ਜਿੰਨਾ ਰਹਿ ਗਿਆ 47 ਕਿਲੋ, ਹੈ ਨਾ, 47 ਕਿਲੋ ਖਲ। ਅਤੇ 47 ਕਿਲੋ ਖਲ ਨਾਲ 1 ਕਿੱਲਾ ਆਪਣਾ ਝੋਨਾ ਜਾਂ ਕਣਕ ਆਪਾਂ ਪਾਲ ਸਕਦੇ ਹਾਂ ਬਿਨਾਂ ਪੈਸਟੀਸਾਈਡ ਤੋਂ, ਬਿਨਾਂ ਫਰਟੀਲਾਈਜ਼ਰ ਤੋਂ, ਠੀਕ ਹੈ।
ਤਾਂ ਖਲ ਤੁਹਾਡੇ ਪਸ਼ੂਆਂ ਨੂੰ ਵੀ ਪੈ ਸਕਦੀ ਹੈ, ਤੁਹਾਡੀ ਫਸਲ ਦੇ ਵੀ ਕੰਮ ਆ ਸਕਦੀ ਹੈ। ਇਸ ਢੰਗ ਨਾਲ ਸਾਡੀ ਕਣਕ ਦੀ ਬਿਜਾਈ ਮੁਕੰਮਲ ਹੋ ਗਈ, ਸਰ੍ਹੋਂ ਕਿਉਂ ਲਾਈ ਉਹਦਾ ਲੌਜਿਕ ਕਨਕਲੂਡ ਹੋ ਗਿਆ, ਫਾਈਨਲ ਹੋ ਗਿਆ। ਠੀਕ ਹੈ ਜੀ, ਹੁਣ ਇਹ ਕਣਕ ਉੱਗੇਗੀ, ਉੱਗੇਗੀ ਤਾਂ ਫਿਰ ਉਹਦਾ ਪਾਲਣ ਪੋਸ਼ਣ ਸ਼ੁਰੂ ਹੁੰਦਾ ਦੋਸਤੋ। ਤਾਂ ਹੁਣ ਆਪਾਂ ਗੱਲ ਕਰਾਂਗੇ ਕਣਕ ਦੇ ਪਾਲਣ ਪੋਸ਼ਣ ਦੀ। ਤਾਂ ਕਣਕ ਉੱਗੇਗੀ, ਆਪਾਂ ਉਹਦਾ ਪਾਲਣ ਪੋਸ਼ਣ ਕਰਨਾ। ਤਾਂ ਪਾਲਣ ਪੋਸ਼ਣ ਦੇ ਵਿੱਚ ਪਹਿਲੀ ਚੀਜ਼ ਕਿਹੜੀ ਹੈ? ਪਹਿਲਾ ਪਾਣੀ ਜਦੋਂ ਕਣਕ ਮੰਗੇ, ਉੱਗਣ ਤੋਂ ਪੰਜਵੇਂ ਦਿਨ ਮੰਗ ਲਏ ਤਾਂ ਲਾ ਦਿਓ, 50ਵੇਂ ਦਿਨ ਮੰਗ ਲਏ ਤਾਂ ਲਾ ਦਿਓ, 22-28 ਦਿਨਾਂ 'ਤੇ ਪਹਿਲਾ ਪਾਣੀ ਨਹੀਂ ਲਾਉਣਾ ਜੇ ਕਣਕ ਨੂੰ ਕਾਮਯਾਬ ਕਰਨਾ ਕੁਦਰਤੀ ਖੇਤੀ ਤਹਿਤ ਅਤੇ ਦੂਜੀ ਖੇਤੀ ਤਹਿਤ ਵੀ। ਠੀਕ ਹੈ ਦੋਸਤੋ, ਉਸ ਤੋਂ ਬਾਅਦ ਜਿਹੜਾ ਪਹਿਲਾ ਪਾਣੀ ਤੁਸੀਂ ਲਾਇਆ, ਪਹਿਲੇ ਪਾਣੀ 'ਤੇ, ਪਹਿਲਾ ਪਾਣੀ ਕਣਕ ਨੂੰ ਮੰਗਣ 'ਤੇ ਲਾਉਣਾ, ਅਤੇ ਪਹਿਲੇ ਪਾਣੀ 'ਤੇ ਕੀ ਪਾਉਣਾ ਲਿਖ ਲਓ, 15 ਕਿਲੋ ਸਰ੍ਹੋਂ ਦੀ ਖਲ ਫੇਰ ਪਹਿਲੇ ਪਾਣੀ 'ਤੇ। ਦੁਬਾਰਾ ਕੀ ਪਾਉਣੀ ਹੈ? ਪਾਣੀ ਦੇ ਮੂਹਰੇ ਉਸੇ ਤਰੀਕੇ ਨਾਲ ਹੀ 15 ਕਿਲੋ ਸਰ੍ਹੋਂ ਦੀ ਖਲ ਉਸੇ ਤਰੀਕੇ ਨਾਲ ਹੀ ਗੁੜ ਵਾਲੇ ਪਾਣੀ ਦੇ ਵਿੱਚ, ਗੁੜ ਵਾਲਾ ਪਾਣੀ ਪੂਣੀ ਮਿਲਾ ਕੇ ਪਾਣੀ ਦੇ ਮੂਹਰੇ, ਪਹਿਲੇ ਪਾਣੀ ਦੇ ਮੂਹਰੇ ਉਹਦਾ ਛੱਟਾ ਮਾਰ ਦੇਣਾ। ਇਹ ਹੋ ਗਿਆ ਜੀ। ਉਸ ਤੋਂ ਬਾਅਦ ਪਾਲਣ ਪੋਸ਼ਣ ਦੀ ਜਿਹੜੀ ਦੂਜੀ ਚੀਜ਼ ਹੈ, ਪਹਿਲਾ ਪਾਣੀ ਮੰਗਣ 'ਤੇ ਉਹਦੇ ਮੂਹਰੇ 15 ਕਿਲੋ ਸਰ੍ਹੋਂ ਦੀ ਖਲ, ਦੂਜਾ ਪਾਣੀ ਜਦੋਂ ਕਣਕ ਗੋਹ ਵਿੱਚ ਆ ਜੇ, ਵਗੋਲਾ ਬਣਨ ਲੱਗ ਜੇ, ਉਹਦੇ ਮੂਹਰੇ 15 ਕਿਲੋ ਸਰ੍ਹੋਂ ਦੀ ਖਲ ਫੇਰ, ਗੋਹ ਵਿੱਚ ਜਦੋਂ ਕਣਕ ਗੋਹ ਵਿੱਚ ਆ ਜੇ ਅਤੇ ਉਸ ਪਾਣੀ ਦੇ ਮੂਹਰੇ ਵੀ 15 ਕਿਲੋ ਸਰ੍ਹੋਂ ਦੀ ਖਲ ਪਾਉਣੀ ਹੈ। ਹੁਣ ਆਪਣਾ ਕੰਮ ਬੰਦ ਹੋ ਗਿਆ ਖਲ ਪਾਉਣ ਵਾਲਾ। ਤੀਜਾ ਅਤੇ ਆਖਰੀ ਪਾਣੀ ਕਣਕ ਨੂੰ ਲਾਉਣਾ ਦੋਧੇ ਵਾਲੀ ਸਟੇਜ 'ਤੇ। ਕਿਹੜੀ ਸਟੇਜ 'ਤੇ? ਦੋਧੇ ਵਾਲੀ ਸਟੇਜ 'ਤੇ, ਜਦੋਂ ਦੋਧਾ ਭਰਨਾ ਸ਼ੁਰੂ ਹੋ ਜੇ। 3 ਪਾਣੀਆਂ ਦੀ ਫਸਲ ਆ ਕਣਕ, ਅਤੇ ਜਿਹੜੇ ਲੋਕ 6-6 ਪਾਣੀ ਲਾਉਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਪਾਣੀ 'ਤੇ ਵੀ ਤਰਸ ਕਰੋ ਅਤੇ ਕਣਕ 'ਤੇ ਵੀ ਤਰਸ ਕਰੋ, ਅਤੇ ਸਭ ਤੋਂ ਵੱਧ ਧਰਤੀ ਮਾਂ 'ਤੇ ਤਰਸ ਕਰੋ। ਸੋਇਲ ਡੀਗ੍ਰੇਡੇਸ਼ਨ ਜਿਹੜੀ ਹੈ, ਜ਼ਮੀਨ ਦਾ ਖਰਾਬ ਹੋਣਾ ਜਿਹੜਾ ਹੈਗਾ, ਸਭ ਤੋਂ ਵੱਧ ਜੇ ਹੁੰਦਾ ਤਾਂ ਪਾਣੀ ਕਰਕੇ ਹੁੰਦਾ। ਤਾਂ ਪਾਣੀ ਨੂੰ ਬਚਾਓ ਅਤੇ ਜ਼ਮੀਨ ਨੂੰ ਵੀ ਬਚਾਓ। ਤੀਜਾ ਅਤੇ ਆਖਰੀ ਪਾਣੀ ਲਾਉਣਾ ਦੁੱਧਾ ਭਰਦੇ ਮੌਕੇ, ਅਤੇ ਜੇ ਲੋੜ ਪਵੇ ਗਰਮੀ ਵੱਧ ਪੈਣ ਲੱਗ ਜੇ ਐਂਡ ਜੇ 'ਤੇ ਤਾਂ ਚੌਥਾ ਪਾਣੀ ਲਾਉਣਾ, ਨਹੀਂ ਤਾਂ ਨਹੀਂ ਲਾਉਣਾ। ਉੱਥੇ ਆਵਾਂਗੇ, ਪਹਿਲਾਂ ਇਹਨੂੰ ਮੁਕੰਮਲ ਕਰ ਲਈਏ। ਦੂਜੀ ਚੀਜ਼ ਜਿਹੜੀ ਹੈਗੀ ਹੈ ਨਾਈਟ੍ਰੋਜਨ, ਜਿਹੜੀ ਨਾਈਟ੍ਰੋਜਨ ਹੈ ਉਹਦਾ ਆਪਣੇ ਕੋਲ ਬਦਲ ਹੈਗਾ। ਤੁਹਾਡੇ ਦੁੱਧ ਦੀ ਕਿੰਨੀ ਕੁ ਕਦਰ ਹੈ ਮਿੱਤਰੋ? ਜਿਹੜਾ ਤੁਸੀਂ ਪਸ਼ੂਆਂ ਦਾ ਦੁੱਧ ਚੋਣੇ ਹੈ ਉਹਦੀ ਕਿੰਨੀ ਕੁ ਕਦਰ ਹੈ? ਹੈਗੀ ਹੈ ਕੋਈ? ਹੈ ਨਹੀਂ। ਉਹ ਬੇਕਦਰੇ ਲੋਕਾਂ ਨੂੰ ਦੇਣ ਦੀ ਬਜਾਏ ਉਹਦੀ ਦਹੀਂ ਜਮਾਓ, 2 ਕਿਲੋ ਦਹੀਂ ਜਮਾਓ ਮਿੱਟੀ ਦੇ ਭਾਂਡੇ 'ਚ, ਭਾਂਡਾ ਹੋਵੇ ਪੁਰਾਣਾ, ਨਵੇਂ ਭਾਂਡੇ 'ਚ ਨਹੀਂ ਜਮਾਉਣੀ, ਫਿਰ ਥਿਆਉਣੀ ਨਹੀਂ। ਮਿੱਟੀ ਦੇ ਭਾਂਡੇ 'ਚ 2 ਕਿਲੋ ਦੁੱਧ ਦੀ ਦਹੀਂ ਜਮਾਓ, ਦਹੀਂ ਜਦੋਂ ਜੰਮ ਜੇ ਉਹਦੇ ਵਿੱਚ ਤਾਂਬੇ ਦਾ ਭਾਂਡਾ ਪਾ ਦਿਓ, ਤਾਂਬੇ ਦਾ ਭਾਂਡਾ ਪਾ ਕੇ ਡੁਬੋ ਕੇ ਰੱਖ ਦਿਓ। 7 ਤੋਂ 12 ਦਿਨਾਂ ਬਾਅਦ ਉਹਦੇ ਉੱਪਰ, ਦਹੀਂ ਦੇ ਉੱਪਰ ਹਰੇ ਰੰਗ ਦੀ ਫੰਗਸ ਆ ਜਾਏਗੀ, ਦਹੀਂ ਦੇ ਉੱਪਰ ਹਰੇ ਰੰਗ ਦੀ ਫੰਗਸ ਆ ਜਾਏਗੀ ਤਾਂਬੇ ਦਾ ਭਾਂਡਾ ਪਾਉਣ ਤੋਂ 7 ਤੋਂ 12 ਦਿਨਾਂ ਬਾਅਦ। ਇਹ ਜਦੋਂ ਸੀਣ ਬਣ ਜੇ ਇਹਦੇ ਅੰਦਰ 4-6 ਲੀਟਰ ਪਾਣੀ ਪਾਓ ਅਤੇ ਇਹਨੂੰ ਰਿੜਕ ਲਓ। ਇਹ ਜਿਹੜਾ ਰਿੜਕਿਆ ਹੋਇਆ ਦਹੀਂ ਹੈ, ਲੱਸੀ ਬਣ ਗਈ, ਇਹ 1 ਏਕੜ ਦੀ ਡੋਜ਼ ਆ। ਕਿੰਨੀ? ਦੇ ਤਾਂਬਾ ਯੁਕਤ ਦਹੀਂ ਦੀ ਲੱਸੀ ਬਣਾਉਣੀ ਹੈ 6 ਲੀਟਰ, 6 ਲੀਟਰ ਲੱਸੀ, ਤਾਂਬਾ ਯੁਕਤ ਦਹੀਂ ਦੀ ਬਣਾ ਲੈਣੀ ਹੈ। ਅਤੇ ਹਾਂਜੀ, ਅਤੇ ਉਹਦੇ ਅੰਦਰ 6 ਲੀਟਰ ਪਾਥੀਆਂ ਦਾ ਪਾਣੀ ਮਿਕਸ ਕਰਨਾ। ਕੀ ਕਰਨਾ ਜੀ? ਪਾਥੀਆਂ ਦਾ ਪਾਣੀ, ਪਾਥੀਆਂ ਦਾ ਪਾਣੀ ਬਣਾਉਣ ਦਾ ਤਰੀਕਾ ਸੁਣ ਲਓ ਜੀ। 30-35 ਲੀਟਰ ਪਾਣੀ ਦੇ ਵਿੱਚ 7-8 ਪਾਥੀਆਂ ਪਾ ਕੇ, 1 ਸਾਲ ਪੁਰਾਣੀਆਂ
ਭਿੱਜੀਆਂ ਹੋਈਆਂ ਨਾ ਹੋਣ, ਚਾਰ ਦਿਨਾਂ ਲਈ ਰੱਖੋ, ਚਾਰ ਦਿਨਾਂ ਬਾਅਦ ਪਾਥੀਆਂ ਬਾਹਰ ਕੱਢ ਦਿਓ, ਪਿੱਛੇ ਲਾਲ ਰੰਗ ਦਾ ਪਾਣੀ ਬਚੇਗਾ। ਧਿਆਨ ਨਾਲ ਸੁਣੋ, 7-8 ਪਾਥੀਆਂ 30 ਲੀਟਰ ਪਾਣੀ ਦੇ ਵਿੱਚ, ਤਾਂ ਪਿੱਛੇ ਲਾਲ ਰੰਗ ਦਾ ਪਾਣੀ ਬਚੇਗਾ। ਉਹਦੇ ਵਿੱਚੋਂ 6 ਲੀਟਰ ਪਾਣੀ 6 ਲੀਟਰ ਲੱਸੀ 'ਚ ਮਿਕਸ ਕਰਨਾ, ਅਤੇ ਇਹ ਹੋ ਗਈ ਨਾਈਟ੍ਰੋਜਨ ਅਤੇ ਤੱਤਾਂ ਦੀ ਘਾਟ ਪੂਰੀ ਕਰਨ ਵਾਲੀ ਤੁਹਾਡੀ ਸਪਰੇ। ਦਹੀਂ ਦੇ ਵਿੱਚ, ਤਾਂਬੇ ਵਾਲੀ ਦੇ ਵਿੱਚ 3% ਨਾਈਟ੍ਰੋਜਨ ਹੈ, ਕਿੰਨੀ? ਅਤੇ ਅੱਧੇ ਗੱਟੇ ਯੂਰੀਏ ਦਾ ਕੰਮ ਕਰਦੀ ਹੈ ਇਹ, ਕਿੰਨੇ ਦਾ? ਅੱਧੇ ਗੱਟੇ ਯੂਰੀਏ ਦਾ। ਤਾਂ ਤੁਸੀਂ ਕੀ ਕਰਨਾ, ਪਹਿਲੀ ਸਪਰੇ ਕਰਨੀ ਆ ਜੀ 20 ਦਿਨਾਂ 'ਤੇ ਬੀਜ, ਹਾਂ, ਕਣਕ ਬੀਜਣ ਤੋਂ 20-21 ਦਿਨਾਂ ਬਾਅਦ ਪਹਿਲੀ ਸਪਰੇ, ਦੂਜੀ 35 ਦਿਨਾਂ 'ਤੇ। ਆਹ 12 ਲੀਟਰ ਕਿੱਲੇ ਦਾ ਹੋ ਗਿਆ ਨਾ, ਠੀਕ, 6 ਲੀਟਰ ਲੱਸੀ ਦਹੀਂ ਵਾਲੀ ਅਤੇ 6 ਲੀਟਰ ਪਾਥੀਆਂ ਦਾ ਪਾਣੀ, ਅਤੇ 6 ਪੰਪ ਲਾਏ ਤਾਂ 2 ਲੀਟਰ, ਠੀਕ ਹੈ। ਤਾਂ ਪਹਿਲੀ ਸਪਰੇ ਕਰਨੀ ਆ 20 ਦਿਨਾਂ 'ਤੇ, ਦੂਜੀ ਸਪਰੇ ਕਰ ਦਿਓ 35 ਦਿਨਾਂ 'ਤੇ, ਅਤੇ ਤੀਜੀ ਸਪਰੇ ਕਰ ਦਿਓ ਗੋਭ 'ਤੇ 20 ਦਿਨਾਂ 'ਤੇ, ਦੂਜੀ ਸਪਰੇ 35 ਦਿਨਾਂ 'ਤੇ, ਤੀਜੀ ਸਪਰੇ ਗੋਭ ਵਾਲੀ ਸਟੇਜ 'ਤੇ। ਇਹ ਆ ਜੀ ਕਣਕ ਦਾ ਪਾਲਣ ਪੋਸ਼ਣ। ਕਿੰਨਾ ਕੁ ਕੰਮ ਦੱਸਿਆ ਤੁਹਾਨੂੰ, ਸਪਰੇਆਂ 3 ਅਤੇ 3 ਵਾਰੀ ਉਹਦਾ ਛੱਟਾ ਮਾਰਨਾ, ਇਹ 2 ਵਾਰੀ ਛੱਟਾ ਮਾਰਨਾ, ਇੱਕ ਵਾਰੀ ਤਾਂ ਬਿਜਾਈ ਪੂਰੇ ਪਾਉਣੀ ਆ ਖਲ, ਠੀਕ ਆ ਜੀ। ਇਹ ਘੱਟੋ ਘੱਟ ਕੰਮ ਕਰਕੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਤੁਹਾਡੀ ਉਮੀਦ ਤੋਂ ਵੱਧ ਕੇ ਕਣਕ ਦਾ ਝਾੜ ਮਿਲੂਗਾ ਪਹਿਲੇ ਹੀ ਸਾਲ, ਕੁਦਰਤੀ ਖੇਤੀ ਤਹਿਤ ਜਿੰਨਾ ਤੁਸੀਂ ਮੰਨ ਕੇ ਚੱਲੋਗੇ ਉਦੋਂ ਜ਼ਿਆਦਾ। ਮੈਂ ਇੱਥੇ ਤੁਹਾਨੂੰ ਸੁਪਨਾ ਨਹੀਂ ਦਿਖਾਵਾਂਗਾ ਵੀ ਇੰਨਾ ਮਿਲੇਗਾ, ਪਰ ਜਿੰਨੇ ਤੁਸੀਂ ਉਮੀਦ ਕਰੋਗੇ ਉਦੋਂ ਜ਼ਿਆਦਾ ਮਿਲੇਗਾ। ਅਤੇ ਇਹ ਇੰਨੇ ਕੌਨਫੀਡੈਂਸ ਨਾਲ ਮੈਂ ਕਿਉਂ ਕਹਿ ਰਿਹਾ ਭਾਜੀ, ਇਸ ਵਾਰ ਅਸੀਂ ਕਣਕ ਝੋਨੇ ਦੀ ਖੇਤੀ ਦੇ ਵਿੱਚ ਸਰ੍ਹੋਂ ਵੀ ਖਲ ਪਵਾਈ ਕਿਸਾਨਾਂ ਨੂੰ, ਅਤੇ ਉਹਦੇ ਜ਼ਬਰਦਸਤ ਰਿਜ਼ਲਟ ਮਿਲੇ। ਅਤੇ ਮੈਂ ਉਹਦੇ ਤੋਂ ਹੀ ਇਹ ਵਿਚਾਰ ਮੇਰੇ ਮਨ 'ਚ ਆਇਆ ਵੀ ਇਹਨੂੰ ਕਣਕ ਦੇ ਵਿੱਚ ਵੀ ਆਪਾਂ ਲਾਗੂ ਕਰਾਈਏ। ਅਤੇ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ ਵੀ ਆਪਾਂ 60 ਕਿਲੋ ਖਲ ਪਵਾਉਣੀ ਆ ਕਿੱਲੇ ਦੀ, ਜਿਹੜੀ ਕਿ ਤੁਹਾਨੂੰ ਦੱਸਤੀ। ਹੁਣ ਇਹ ਮੇਰੇ ਮਨ 'ਚ ਵਿਚਾਰ ਸੀ ਵੀ ਐਂ ਕਰਨਾ, ਅਤੇ ਜੇ ਤੁਸੀਂ ਕਿਸੇ ਕੰਮ ਪ੍ਰਤੀ ਇਮਾਨਦਾਰੀ ਨਾਲ ਸਮਰਪਿਤ ਹੋ ਕੇ ਲੱਗੇ ਹੋ ਤਾਂ ਪਰਮਾਤਮਾ ਤੁਹਾਡਾ ਰਾਹ ਆਪ ਮੋਕਲਾ ਕਰਦਾ। 30 ਤਰੀਕ ਨੂੰ ਮੈਂ ਕੈਂਪ ਲਾਉਣਾ ਸੀਗਾ ਕਣਕ ਦੀ ਬਿਜਾਈ ਬਾਰੇ ਜੈਤੋਂ, ਅਤੇ 26 ਤਰੀਕ ਨੂੰ ਇੱਕ ਕਿਸਾਨ ਆ ਗਿਆ ਕੈਂਪ ਦੇ ਵਿੱਚ, ਮੈਂ ਆਹੀ ਕੁਝ ਦੱਸਣਾ ਸੀ ਜਿਹੜਾ ਤੁਹਾਨੂੰ ਦੱਸਿਆ। 26 ਤਰੀਕ ਨੂੰ ਸਾਡੇ ਗੁਆਂਢੀ ਪਿੰਡ ਦਾ ਇੱਕ ਕਿਸਾਨ ਆਇਆ ਬਹਿਬਲ ਖੁਰਦ ਪਿੰਡ ਤੋਂ, ਪਰਮ ਸਿੰਘ ਸਿੱਧੂ, ਤਾਂ ਉਹ ਆਏ ਸੀ ਵੇਸਟ ਡੀਕੰਪੋਜ਼ਰ ਲੈਣ। ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਪਿਛਲੀ ਵਾਰੀ ਖਲ ਪਾਈ ਸੀ ਕਣਕ ਦੇ ਵਿੱਚ, ਝੋਨੇ ਦੀ ਖਲ ਤੋਂ ਗੱਲ ਚੱਲ ਪਈ। ਉਹ ਕਹਿੰਦਾ ਮੈਂ ਪਿਛਲੀ ਵਾਰੀ ਕਣਕ 'ਚ ਪਾਈ ਸੀ ਖਲ, ਅਤੇ ਉਹਨੇ ਕੈਮੀਕਲ ਖੇਤੀ ਵਾਲੀ ਕਣਕ ਕੀਤੀ ਸੀ, ਥੋੜ੍ਹੀ ਜਿਹੀ ਕਸਰ ਮਾਰ ਗਈ, ਕੁਦਰਤੀ ਹੋ ਜਾਣੀ ਸੀ, ਪਰ ਉਹ ਥੋੜ੍ਹੀ ਜਿਹੀ ਇੱਕ 8 ਕਿਲੋ DAP ਪਾ ਗਿਆ ਕਿੱਲੇ ਦੀ, 8 ਕਿਲੋ DAP ਪਾਈ ਉਹਨੇ ਕਿੱਲੇ ਦੀ, ਅਤੇ ਕਣਕ ਦੀ ਬਿਜਾਈ ਕਰਤੀ, 50 ਕਿਲੋ ਖਲ ਇਸਤੇਮਾਲ ਕੀਤੀ ਉਹਨੇ, ਅਤੇ ਉਹਦਾ ਜਿਹੜਾ ਝਾੜ ਸੀਗਾ ਉਹਦੀ ਕੈਮੀਕਲ ਵਾਲੀ ਕਣਕ ਦੇ ਬਰਾਬਰ ਗਿਆ 19-21 ਦੇ ਫਰਕ ਨਾਲ। 8 ਕਿਲੋ DAP, 50 ਕਿਲੋ ਖਲ ਪਾਈ ਉਹਨੇ, ਅਤੇ ਬਾਕੀ ਆ ਜਿਹੜੀਆਂ 2-4 ਸਪਰੇਆਂ ਕੀਤੀਆਂ, ਅਤੇ ਉਹਦਾ ਝਾੜ ਗਿਆ 19-21 ਦੇ ਫਰਕ ਨਾਲ ਕੈਮੀਕਲ ਵਾਲੀ ਖੇਤੀ ਦੇ ਬਰਾਬਰ। ਹੁਣ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਆਹ ਕੰਮ ਕਰੋਗੇ ਤਾਂ ਤੁਸੀਂ ਵੀ ਉਹਦੇ ਨੇੜੇ ਤੇੜੇ ਜਾਂ ਉਹਦੇ ਬਰਾਬਰ ਧੁੱਕ ਜਾਓਗੇ। ਉਹਨੇ 8 ਕਿਲੋ DAP ਪਾਈ ਸੀ, ਆਪਾਂ ਨਹੀਂ ਪਾਈ ਤਾਂ ਆਪਾਂ 10 ਕਿਲੋ ਖਲ ਵਧਾਤੀ ਆ, ਠੀਕ ਹੈ। ਤਾਂ ਇਹ ਤੋਂ ਇਹ ਸਿੱਧ ਹੁੰਦਾ ਵੀ ਪਰਮਾਤਮਾ ਵੀ ਰਾਹ ਖੋਲਦਾ ਜੇ ਲੋਕ ਉੱਧਰ ਨੂੰ ਰੁਚੀ ਲੈਂਦੇ ਆ। ਸਾਨੂੰ ਇਹ ਜਿਹੜੀ ਖਾਲ ਵਾਲਾ ਕੰਸੈਪਟ ਹੈ, ਇਹ ਬੰਗਲਾਦੇਸ਼ ਯੂਨੀਵਰਸਿਟੀ ਦੀ ਰਿਸਰਚ ਹੈ, ਐਗਰੀਕਲਚਰ ਯੂਨੀਵਰਸਿਟੀ ਦੀ, ਉਹਨਾਂ ਨੇ ਰਿਸਰਚ ਕੀਤੀ ਅਤੇ ਪਬਲਿਸ਼ ਕਰਤੀ ਰਿਪੋਰਟ। ਪਰ ਇਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਯੂਨੀਵਰਸਿਟੀਆਂ ਦੀਆਂ, ਇਹ ਜਿੰਨਾ ਰਿਜ਼ਲਟ ਆਇਆ ਹੁੰਦਾ ਜੇ ਚੱਜ ਦੀ ਚੀਜ਼ ਦਾ ਵਧੀਆ ਰਿਜ਼ਲਟ ਆ ਜੇ ਉਹਨਾਂ ਡਾਲ ਦੇਣਾ ਨੇ। ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਮਾਮੂਲੀ ਜਿਹਾ ਫਰਕ ਪਿਆ ਝੋਨੇ ਦੇ ਝਾੜ 'ਚ, ਅਤੇ ਜਿਹੜਾ ਅਸੀਂ ਉਹਨਾਂ ਨੇ ਕਿਹਾ ਸੀ 32 ਕਿਲੋ ਖਲ ਕਿੱਲੇ ਦੀ,
ਉਹਨਾਂ ਦੀ ਜਿਹੜੀ ਰਿਸਰਚ ਆ ਉਹਨਾਂ ਨੇ ਕਿੰਨੀ ਰਿਕਮੈਂਡ ਕੀਤੀ, 32 ਕਿਲੋ ਖਲ ਉਹਨਾਂ ਨੇ ਰਿਕਮੈਂਡ ਕੀਤੀ ਕਿੱਲੇ ਦੀ, ਅਤੇ ਕਹਿੰਦੇ ਉਹ ਪਾਉਣ ਤੋਂ ਬਾਅਦ ਝੋਨੇ ਦੇ ਝਾੜ 'ਚ ਮਾਮੂਲੀ ਜਿਹਾ ਫਰਕ ਪਿਆ, ਟਿਲਰਿੰਗ ਵਧੀ। ਅਸਲ ਦੇ ਵਿੱਚ ਹੋਇਆ ਕੀ ਹੈ, ਅਸੀਂ ਅੱਧੀ ਖਲ ਪਵਾਈ, ਅਸੀਂ 15-16 ਕਿਲੋ ਪਵਾਈ ਅਤੇ ਸਾਨੂੰ ਪਤਾ ਵੀ ਕਿੰਨਾ ਫਰਕ ਪਿਆ। ਉਹ ਨਹੀਂ ਦੱਸਦੇ ਅਸਲੀ ਗੱਲ, ਕਿਉਂਕਿ ਉਹਨਾਂ ਦੇ ਉੱਤੇ ਕੁਝ ਹੋਰ ਸਿਸਟਮ ਵੀ ਬੈਠਾ, ਕੰਪਨੀਆਂ ਕਾਰਪੋਰੇਟ। ਜੇ ਖਾਲ ਬਾਰੇ ਉਹ ਦੱਸਣਗੇ ਤਾਂ ਯੂਰੀਆ ਅਤੇ DAP ਕੌਣ ਖਰੀਦੂ, ਖਾਲ ਦੇ ਵਿੱਚ ਫਾਸਫੋਰਸ ਅਤੇ 6 ਤੱਤ ਮੇਜਰ, ਔਰ ਫਾਸਫੋਰਸ ਤਾਂ ਮੈਨੂੰ ਪਤਾ ਬਾਕੀ ਮੇਰੇ ਧਿਆਨ 'ਚ ਨਹੀਂ, 6 ਮੇਜਰ ਐਲੀਮੈਂਟਸ ਹੈਗੇ ਜਿਹੜੇ ਖਾਲ ਦੇ ਵਿੱਚ, ਅਤੇ ਉਹਦੀ ਮੈਂ ਅੱਜ ਆਉਂਦੇ ਹੋਏ ਨੇ ਨਿਊਟ੍ਰੀਸ਼ਨਲ ਵੈਲਿਊ ਚੈੱਕ ਕੀਤੀ, ਜਿਹੜੇ ਪਸ਼ੂ ਖਾਂਦੇ ਆ ਉਹ ਤੁਸੀਂ ਨਾ ਕੈਮੀਕਲ ਕੰਪੋਜੀਸ਼ਨ ਆਫ ਮਸਟਰਡ ਕੇਕ ਉਹ ਗੂਗਲ 'ਤੇ ਸਰਚ ਕਰਿਓ ਅਤੇ ਤੁਹਾਨੂੰ ਧਿਆਨ 'ਚ ਆਊਗਾ ਵੀ ਖਾਲ ਨਹੀਂ ਇਹ, ਇਹ ਤਾਂ ਹੋਰ ਹੀ ਕੁਝ ਹੈ। ਇਹਨੂੰ ਜੇ ਤੁਸੀਂ ਆਪਦੀ ਖੇਤੀ 'ਚ ਵਰਤੋਂਗੇ ਤਾਂ ਬਹੁਤ ਜ਼ਿਆਦਾ ਤੁਹਾਡਾ ਲਾਭ ਹੋਏਗਾ ਅਤੇ ਤੁਹਾਡੀ ਖੇਤੀ ਕੁਦਰਤੀ ਹੋ ਜਾਏਗੀ ਬਿਨਾਂ ਬਾਹਲਾ ਕੁਝ ਕੀਤੇ ਕਰਾਏ। ਅਤੇ ਇੱਕ ਹੋਰ ਸਰਚ ਕਰਿਓ, ਗੂਗਲ ਦਾ ਫਾਇਦਾ ਉਠਾਇਆ ਕਰੋ, ਯੂਟਿਊਬ 'ਤੇ ਜਾ ਕੇ ਸਰਚ ਕਰੋ ਮਸਟਰਡ ਕੇਕ ਫਰਟੀਲਾਈਜ਼ਰ, ਮਸਟਰਡ ਕੇਕ ਫਰਟੀਲਾਈਜ਼ਰ, ਅਤੇ ਤੁਹਾਨੂੰ ਧਿਆਨ 'ਚ ਆਊਗਾ ਵੀ ਅਸੀਂ ਤਾਂ ਨਹੀਂ ਰੇਟ ਹੁੰਦੇ ਰਹੇ। ਅਤੇ ਤੁਹਾਨੂੰ ਇਹ ਵੀ ਧਿਆਨ 'ਚ ਆਊਗਾ ਵੀ ਸਾਡੇ ਬਜ਼ੁਰਗ ਫਲਦਾਰ ਬੂਟਿਆਂ ਦੀਆਂ ਜੜ੍ਹਾਂ 'ਚ ਖਲ ਅਤੇ ਗੁੜ ਪਾਉਂਦੇ ਰਹੇ ਆ ਅਤੇ ਉਹਨਾਂ ਨੂੰ ਉਹਦੇ ਜ਼ਬਰਦਸਤ ਰਿਜ਼ਲਟ ਮਿਲਦੇ ਰਹੇ ਆ। ਤਾਂ ਇਹ ਜਿਹੜਾ ਬੰਗਲਾਦੇਸ਼ ਯੂਨੀਵਰਸਿਟੀ ਦੀ ਰਿਸਰਚ ਹੈ, ਸਾਡੇ ਬਜ਼ੁਰਗਾਂ ਦੇ ਵਿਜ਼ਨ ਗੁੱਡ ਸ਼ਬਦ, ਸਾਡੇ ਬਜ਼ੁਰਗਾਂ ਦੇ ਵਿਜ਼ਨ ਦੇ ਉੱਤੇ ਮੋਹਰ ਲਾਉਂਦੀ ਹੈ। ਹੁਣ ਮੁੱਦਾ ਖੜ੍ਹਾ ਇਹ ਹੋ ਗਿਆ ਵੀ ਇਹ ਖਾਲਾ ਜਿਹੜੀ ਇੰਨੀ ਆਊ ਕਿੱਥੋਂ, ਹੁਣ ਸੀਜ਼ਨ ਕਿਹੜਾ, ਹਾੜੀ ਦਾ, ਅਤੇ ਬੀਜੋ ਸਰੋਂ ਬਾਈ, ਨਾਲੇ ਪੁੰਨ ਨਾਲੇ ਫਲੀਆਂ, ਸਰੋਂ ਦਾ ਤੇਲ ਬਣੂਗਾ ਉਹ ਵਿਕੂਗਾ। ਸਰੋਂ ਦਾ ਤੇਲ ਇਹੋ ਜਿਹੀ ਚੀਜ਼ ਹੈ ਵੀ ਜਿੰਨਾ ਮਰਜ਼ੀ ਬਣਾ ਲਓ ਸਾਰਾ ਵਿਕੂ, ਕਿਉਂ ਗਰੇਵਾਲ ਸਾਹਿਬ? ਅਤੇ ਖਲ ਜਿਹੜੀ ਹੈਗੀ ਆ ਨਾਲੇ ਪਸ਼ੂਆਂ ਨੂੰ ਪਾਓ ਅਤੇ ਨਾਲੇ ਆਪਦੇ ਖੇਤ 'ਚ ਵਰਤੋ। ਕਿੱਲੇ ਦੀ ਕਿੰਨੀ ਲੱਗ ਰਹੀ ਹੈ, ਅਤੇ ਤੁਸੀਂ ਇੱਕੇ ਨਾਮ ਤਾਂ ਸਾਰੀ ਕੁਦਰਤੀ ਖੇਤੀ ਕਰਨ ਨਹੀਂ ਲੱਗੇ, ਪਹਿਲਾਂ ਕਰਕੇ ਦੇਖੋ, ਜੇ ਉਹਦੇ ਰਿਜ਼ਲਟ ਮਿਲਣਗੇ ਆਪਦੇ ਤਜਰਬੇ ਦੇ ਨਾਲ ਉਹਨੂੰ ਵਧਾਉਂਦੇ ਜਾਇਓ। ਅਤੇ ਅੱਜ ਲਈ ਇੰਨਾ ਹੀ ਸੀ, ਮੈਂ ਜਿੰਨਾ ਕੁ ਮੈਨੂੰ ਪਤਾ ਸੀਗਾ, ਜਾਣਕਾਰੀ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਅਤੇ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਜਿਹੜੇ ਸਾਥੀ ਮੈਨੂੰ ਯੂਟਿਊਬ 'ਤੇ ਦੇਖ ਰਹੇ ਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਇਹ ਆਪਣਾ ਜਿਹੜਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਕਿਸਾਨ ਹਿੱਤ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਜਿਨ੍ਹਾਂ ਨੇ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਲਾਜ਼ਮੀ ਕਰੋ ਅਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।